ਇਹ ਭੁਜੰਗੀ ਨਿਹੰਗ ਸਿੰਘ ਬੜਾ ਬਲੀ ਸੀ, ਬਚਪਨ ਤੋਂ ਹੀ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਰਿਹਾ ਸੀ। ਨੀਲੇ ਬਾਣੇ ਵਿੱਚ ਨੀਲੇ ਬਸਤਰ ਰੱਖਦਾ ਸੀ, ਰਹਿਤ ਬਹਿਤ ਦਾ ਪਰਪੱਕ ਸੀ। ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਬਾਣੀ ਪੜ੍ਹਨੀ, ਤਿਆਰ ਬਰ ਤਿਆਰ ਰਹਿਣਾ, ਮਰਨ ਦੀ ਸ਼ੰਕਾ ਤਿਆਗ ਕੇ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਆ, ਨਿਹੰਗ ਸਿੰਘ ਉਹ ਹੈ ਜਿਹੜਾ ਮਰਨ ਦੀ ਸ਼ੰਕਾ ਤਿਆਗ ਕੇ ਧਰਮ ਯੁੱਧ ਲਈ ਹਰ ਵੇਲੇ ਤਿਆਰ ਬਰ ਤਿਆਰ ਰਹਿੰਦਾ। ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਨਾਲ ਰਹਿਣ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਵੀਰ ਰਸ ਦੀ ਅਥਾਹ ਗੁੜਤੀ ਚੜੀ ਹੋਈ ਸੀ। ਅੰਮ੍ਰਿਤ ਵੇਲੇ ਉੱਠ ਕੇ ਸ਼ਹੀਦੀ ਦੇਗਾਂ ਛਕਣੀਆਂ, ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਸ਼ਰਦਾਈਆਂ ਛਕਦੇ ਸਨ, ਔਰ ਫੇਰ ਜੰਗਲ ਪਾਣੀ ਜਾ ਕੇ ਦਾਤਣ ਕਰਨੀ, ਸਵਾ ਪਹਿਰ ਨਿਸ ਕਰੇ ਇਸ਼ਨਾਨ, ਸਵਾ ਪਹਿਰ ਰਾਤ ਰਹਿੰਦੀ ਉਸ ਵੇਲੇ ਇਸ਼ਨਾਨ ਕਰਨਾ, ਯਾਨੀ 2-2:30 ਵਜੇ ਅੰਮ੍ਰਿਤ ਵੇਲੇ ਇਸ਼ਨਾਨ ਵੀ ਕਰ ਲੈਂਦੇ ਸਨ। ਬਾਣੀ ਪੜੇ ਖੜ ਪੱਗ ਵਧਾਣ, ਔਰ ਬਾਣੀ ਪੜ੍ਹਦੇ ਪੜ੍ਹਦੇ ਖਲੋ ਕੇ ਦੁਮਾਲਾ ਸਜਾਣਾ। ਇਹ ਨਿਹੰਗ ਸਿੰਘਾਂ ਦੀ ਪੁਰਾਤਨ ਪਰੰਪਰਾ ਰਹੀ ਹੈ, ਵੱਡਾ ਦੁਮਾਲਾ ਸਜਾਉਣ ਵਾਲੇ ਜਿਹੜੇ ਫਰਲੇ ਵਾਲਾ ਦੁਮਾਲਾ ਸਜਾਉਂਦੇ ਹਨ, ਚੱਕਰ ਖੰਡੇ ਤੋੜੇ ਗਜਗਾਹ ਸ਼ਸਤਰ ਪਹਿਨਦੇ ਹਨ, ਉਹ ਖੜ ਕੇ ਦੁਮਾਲਾ ਸਜਾਉਂਦੇ ਹਨ। ਬਾਬਾ ਜੀ ਬਾਣੀ ਪੜ੍ਹਦੇ ਪੜ੍ਹਦੇ ਖਲੋ ਕੇ ਦੁਮਾਲਾ ਸਜਾਉਂਦੇ ਸਨ। ਸਰਬ ਲੋਹ ਕੀ ਪੂਜਾ ਕਰੇ, ਸਰਬ ਲੋਹ ਦੀ ਪੂਜਾ ਕਰਨੀ, ਸਰਬ ਲੋਹ ਦਾ ਬਰਤਨ ਬਾਟਾ ਉਹਦੇ ਵਿੱਚ ਛਕਣਾ, ਸਰਬ ਲੋਹ ਦੇ ਭਾਂਡਿਆਂ ਵਿੱਚ ਹੀ ਬਣਾਉਣਾ, ਸਰਬ ਲੋਹ 'ਚ ਹੀ ਖਾਣਾ, ਸਰਬਲੋਹ ਦੇ ਸ਼ਸਤਰ ਸਜਾ ਕੇ ਰੱਖਣੇ। ਸਰਬਲੋਹ ਅਕਾਲ ਪੁਰਖ ਦਾ ਨਾਮ ਹੈ। ਦਸਵੇਂ ਪਾਤਸ਼ਾਹ ਕਹਿੰਦੇ ਸਰਬਲੋਹ ਕੀ ਰੱਛਾ ਹਮਨੇ, ਸਰਬਕਾਲ ਜੀ ਕੀ ਰੱਛਾ ਹਮਨੇ, ਸਰਬਲੋਹ ਜੀ ਦੀ ਸਦਾ ਰੱਛਿਆ ਹਮਨੇ। ਸਰਬਲੋਹ ਅਕਾਲ ਪੁਰਖ ਦਾ ਸਾਰਾ ਹੀ ਸਰੂਪ ਜੋ ਹੈ, ਸ਼ਕਤੀ ਸੰਪੰਨ ਹੈ, ਪਾਵਰਫੁੱਲ ਹੈ, ਉਹਦੀ ਪੂਜਾ ਬਾਬਾ ਜੀ ਕਰਦੇ ਭਾਵ ਸ਼ਸਤਰਾਂ ਦੀ ਪੂਜਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਜੋ ਹੁੰਦੀ ਹੈ, ਇਸੇ ਤਰ੍ਹਾਂ ਪੂਜਾ ਹੁੰਦੀ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਕੇਸਗੜ੍ਹ ਸਾਹਿਬ ਇਹ ਖਾਲਸੇ ਦੇ ਘਰਾਂ ਵਿੱਚ ਵੀ ਪਹਿਲਾਂ ਇਸੇ ਤਰ੍ਹਾਂ ਹੁੰਦੀ ਸੀ, ਸਿੰਘ ਸ਼ਸਤਰਾਂ ਦੇ ਪੁਜਾਰੀ ਸਨ। ਹਾਂਜੀ, ਨਮਸਕਾਰ ਕਰ ਸ਼ਸਤਰ ਫੜੈ, ਹਰ ਵੇਲੇ ਸ਼ਸਤਰ ਨੂੰ ਫੜਨ ਲੱਗਿਆ ਨਮਸਕਾਰ ਕਰਨੀ, ਸੀਸ ਤੋਂ ਝੁਕਾਉਣਾ, ਫਿਰ ਸ਼ਸਤਰ ਨੂੰ ਹੱਥ ਲਾਉਣਾ। ਗਲ ਵਿੱਚ ਮਾਲਾ ਵੀ ਸਰਬਲੋਹ ਦੀ ਪਹਿਨਿਆ ਕਰਦੇ ਸਨ, ਕਿਉਂਕਿ ਸਾਰੀਆਂ ਸੰਪਰਦਾਵਾਂ ਵਿੱਚ ਵੱਖਰੀ ਵੱਖਰੀ ਮਾਲਾ ਹੈ। ਜਿਹੜੇ ਸ਼ਕਤੀ ਨੂੰ ਪੂਜਾ ਕਰਦੇ ਸਾਧ ਸੰਗਤ ਜੀ ਉਹ ਕਾਲੇ ਰੰਗ ਦੀ ਮਾਲਾ ਪਹਿਨਦੇ 108 ਮਣਕਿਆਂ ਦੀ, ਜਿਹੜੇ ਸੰਨਿਆਸੀ ਹਨ ਉਹ ਰੁਦਰਾਕਸ਼ ਸ਼ਿਵ ਜੀ ਦਾ ਜੋ ਮਾਨਤਾ ਹੈ ਉਹਦੀ ਮਾਲਾ, ਰੁਦਰਾਕਸ਼ ਦੀ ਮਾਲਾ। ਜਿਹੜੇ ਵੈਸ਼ਨੂ ਹਨ ਉਹ ਤੁਲਸੀ ਦੀ ਮਾਲਾ ਪਹਿਨਦੇ ਹਨ। ਜਿਹੜਾ ਖਾਲਸਾ ਹੈ ਇਹ ਸਰਬਲੋਹ ਦੀ ਮਾਲਾ, ਮਾਲਾ ਫੇਰਨੀ ਨਾਮ ਜਪਣ ਵਾਸਤੇ ਪਰ ਰੱਖਣੀ ਸਰਬਲੋਹ ਦੀ, ਸਰਬਲੋਹ ਦੀ ਮਾਲਾ ਬਾਬਾ ਸਰਬ ਜੀ ਬਾਬਾ ਗੁਰਬਖਸ਼ ਸਿੰਘ ਜੀ ਗਲ ਵਿੱਚ ਪਹਿਨਦੇ ਹਨ। ਕੰਗਣ ਸਿਮਰਨ ਲੋਹ ਸੁਹਾਵੈ, ਔਰ ਕੜੇ ਵੀ ਸਰਬਲੋਹ ਦੇ ਤੇ ਸਿਮਰਨੇ ਮਾਲਾ ਸਿਮਲੋਹੇ ਦੀਆਂ ਬਣੀਆਂ ਹੱਥ ਵਿੱਚ ਪਾਈਆਂ ਹੁੰਦੀਆਂ ਬਾਬਾ ਜੀ ਦੇ, ਲੋਹੇ ਦੇ ਚੱਕਰ 5-5, 7-7 ਚੱਕਰ ਦੁਮਾਲੇ ਦੇ ਉੱਤੇ ਸਜ ਲਿਆਏ ਤੇ ਗਲ ਵਿੱਚ ਵੀ ਚੱਕਰ ਪਾਏ ਹੋਏ ਨੇ। ਤੋੜਾ ਵੀ ਲੋਹੇ ਦੀ ਇੱਕ ਜੰਜੀਰ ਹੁੰਦੀ ਹੈ ਜਿਹੜੀ ਦੁਮਾਲੇ ਦੇ ਉੱਤੇ ਬੰਨ੍ਹੀ ਜਾਂਦੀ ਹੈ ਦੁਮਾਲੇ ਨੂੰ ਪੱਕਾ ਕਰਕੇ ਰੱਖਣ ਵਾਸਤੇ। ਜਦੋਂ ਦੁਸ਼ਮਣ ਨਾਲ ਯੁੱਧ ਕਰਦਿਆਂ ਹੋਇਆਂ ਕੋਈ ਸ਼ਸਤਰ ਵੱਜਦਾ ਹੈ ਤਾਂ ਦੁਮਾਲੇ ਦੀ ਅਤੇ ਸਿਰ ਦੀ ਸੇਫਟੀ ਤੋੜੇ ਨਾਲ ਹੁੰਦੀ ਹੈ। ਸਰਬਲੋਹ ਦਾ ਤੋੜਾ ਉਹਦੇ ਉੱਤੇ ਚੱਕਰ ਖੰਡੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਸਜਾ ਕੇ ਰੱਖਦੇ ਹਨ, ਔਰ ਹਰ ਵੇਲੇ ਉਚਾਰਨ ਕਰਦੇ ਸਰਬਲੋਹ ਕੀ ਰੱਛਾ ਹਾਮਨ ਹੈ, ਇਹ ਬਾਣੀ ਦਾ ਪਾਠ ਕਰਦੇ ਰਹਿੰਦੇ ਅਤੇ ਸਰਬਲੋਹ ਦਾ ਸਵਾ ਮਣ ਲੋਹਾ ਜਿਹੜਾ ਹਰ ਵੇਲੇ ਕਮਰ ਕਸੇ ਵਿੱਚ ਰਹਿੰਦਾ ਹੈ। ਹਾਂਜੀ, ਦਸਤ ਦਸਤਾਨੇ ਲੱਕ ਸੋਟਣ ਸਿਉ ਹੇਤ, ਸਾਰੇ ਸਰੀਰ ਦੇ ਉੱਤੇ ਦਸਤ ਦਸਤਾਨੇ ਪਹਿਨੇ ਹੋਏ, ਸਰਬਲੋਹ ਦੇ ਹੀ ਸੰਜੋਹ ਪਹਿਨੀ ਹੋਈ ਹੁੰਦੀ ਹੈ, ਤੇ ਸੋਟਾ ਤੇ ਹੋਰ ਸਾਰੇ ਸ਼ਸਤਰ ਲੱਕ ਚ ਵਾਲੇ ਹੁੰਦੇ ਆ, ਕੁਹਾੜੀ ਪਾਈ ਹੁੰਦੀ ਹੈ, ਕਿਤੇ ਗੜਵਾ ਸਰਬਲੋਹ ਦਾ ਬੰਨਿਆ ਹੁੰਦਾ। ਇਹ ਸਾਰੇ ਸਾਧ ਸੰਗਤ ਜੀ ਉਸ ਵੇਲੇ ਖਾਲਸੇ ਦੀ ਰੱਖਿਆ ਵਾਸਤੇ ਸਨ। ਦਸਵੇਂ ਪਾਤਸ਼ਾਹ ਮਹਾਰਾਜ ਦੇ ਪ੍ਰਸੰਗ ਚ ਆਉਂਦਾ, ਮੁਕਤਸਰ ਸਾਹਿਬ ਟਿੱਬੀ ਸਾਹਿਬ ਹੈ, ਸਤਿਗੁਰੂ ਸਰਬਲੋਹ ਦਾ ਗੜਵਾ ਲੈ ਕੇ ਜੰਗਲ ਪਾਣੀ ਗਏ। ਅੰਮ੍ਰਿਤ ਵੇਲੇ ਦਾ ਟਾਈਮ ਸੀਗਾ, ਕਿਸੇ ਤੁਰਕ ਪਠਾਣ ਨੇ ਮਹਾਰਾਜ ਦੇ ਉੱਤੇ ਹਮਲਾ ਕਰ ਦਿੱਤਾ, ਸਤਿਗੁਰੂ ਜੰਗਲ 'ਚ ਬੈਠਣ ਲੱਗੇ, ਉਹਨੇ ਤੇਗ ਦਾ ਵਾਰ ਕਰ ਦਿੱਤਾ। ਮਹਾਰਾਜ ਕੋਲ ਲੋਹੇ ਦਾ ਗੜਵਾ ਸੀਗਾ, ਉਹ ਗੜਵੇ ਨੂੰ ਹੀ ਢਾਲ ਦੀ ਥਾਂ 'ਤੇ ਵਰਤ ਲਿਆ, ਉਹਦੇ ਨਾਲ ਹੀ ਉਹਦੀ ਤਲਵਾਰ ਰੋਕ ਕੇ ਅਤੇ ਉਹੀ ਘੁਮਾ ਕੇ ਉਹਦੇ ਸਿਰ 'ਚ ਮਾਰਿਆ ਅਤੇ ਥਾਂ ਹੀ ਖਤਮ ਕਰ ਦਿੱਤਾ। ਸੋ ਬਾਬਾ ਗੁਰਬਖਸ਼ ਸਿੰਘ ਜੀ ਵੀ ਸਰਬਲੋਹ ਦਾ ਗੜਵਾ ਆਪਣੇ ਲੱਕ ਕਮਰ ਕਸੇ ਨਾਲ ਬੰਨ੍ਹ ਕੇ ਰੱਖਦੇ ਹੈ, ਉਹਦੇ ਵਿੱਚ ਜਲ ਪਾਣੀ ਛਕਦੇ ਹੈ ਅਤੇ ਲੋੜ ਪਵੇ ਤਾਂ ਉਹਨੂੰ ਸ਼ਸਤਰ ਦੀ ਥਾਂ 'ਤੇ ਵੀ ਵਰਤ ਲੈਂਦੇ ਹੈ। ਸੋਟਾ ਵੀ
हर वेले कोल रखते हैं। जे सुख मांझ करनी हो फिर सोटे ना कर ली दी, जे गिल मांझ करनी फिर शस्त्रा नाल कर ली दी है। कई बार यह जे हुंदा भी उन्हूं मारना नहीं हुंदा, सोता ही लाना हुंदा है। ते उन्हों फिर कानू गोद नाल ठीक कर लैंदे। अंग सिंघां ने उहदा नाम रख्या कानू गो, कानून दसण वाला। जिवें सरकार तहसीलदार हुंदा है, एक कानून गो हुंदा है, वह कानून दसदा। सिंघां दे सलोत्र नूं कानून गो कहिंदे है। सो हर वेले हथ विच सोटा भी रखते हन। सवा गज को कछ पहरै सेत, चिट्टे रंग दा कशहरा ते नीले कपड़े। सेत कछ ओ नील पट, मुख जप जाप उचार। श्री अकाल उस्तत पढ़े चंडी कंठ सुधार। खालसे दी मर्यादा विच लिखिया है पुरातन भाई देसा सिंह जी होरां ने कि श्री अकाल उस्तत दी बाणी चंडी दी वार इदां दी बाणी पढ़दे, जपजी साहब जाप साहब पढ़दे, ते कशहरा जिहड़ा उह चिट्टा गोडियां तों थले तक इको ही साध संगत जी पहरावा हुंदा। पुरातन तां कशहरे दा ही, जिहड़े पजामे पैंटां धोतियां चादरे ये बाद दीयां गल्लां हन। जदों मारे अमृत छकाया उदों खालसे नूं कशहरे विच ही छकाया। अज वी पंज प्यारे अमृत छकाउण वेले कशहरे विच ही छकांदे है, ये परंपरा है। जिवें कहिंदे आ ना वी गुरद्वारे दे उत्ते मसीत नहीं बन सकदी, इदां कशहरे दे उत्ते कोई होर पहरावा भी नहीं पाया जा सकता कानूनन तौर ते। अपनी मर्जी नाल असीं जो मर्जी करी जाइए उह वक्खरी चीज़ है, पर बाबा गुरबख्श सिंह जी चिट्टे रंग का कशहरा वह गोडिया तक पहन के त्यार पर त्यार रहिंदे हन। संजोए लोह की पहरस अंग, लोहे दी संजो अपने शरीर दे उत्ते पहनी हुंदी है बाबा गुरबख्श सिंह जी ने। इमलाए दीवान नित बह निहंग, निहंग सिंह बाबा गुरबख्श सिंह जी दीवान ला के तां सज धज के शस्त्रां दे नाल श्री अकाल तख्त ते बहिंदे हन। भाई रतन सिंह जी कहिंदे निहंग सिंह उहनूं कहिंदे हन जिहड़ा दुख सुख दोवां तों उपर हो जांदा है, जिहड़ा हरख सोग ते रह न्यारो नाहे मान अपमाना। जो नर दुख में दुख नहीं मानै, जिहदी दुख सुख तों उपरली अवस्था है ओनू ही निहंग सिंह कहिंदे हन। जिम दुख सुख देही ना मन्ने उस कहै बदेही चंग, जिहड़ा दुख सुख नूं अपने शरीर दे उत्ते महसूस नहीं करदा ओनू विदेही विदेह मुक्त कहिंदे। जैसे सतगुरु पंचम पातशाह महाराज गरीब नवाज जी ने दुनिया नूं दस दिता भी देही गुप्त विदेही दिशा, देह विच रहिंदा विदेह किदां होणा। तत्ती तवी ते बैठे तत्ता रेता सीस विच पिया, देग विच उबाले सचे पातशाह महाराज सी नहीं आखी। उसे तरह गुरु तेग बहादुर साहब जी महाराज ने भारी कष्ट सह के विदेह अवस्था का जिक्र प्रतख करके दुनिया नूं प्रैक्टिकल करके दिखाया। सो जिहड़ा सिंह गुरु का प्यारा दुख सुख तो उपर, हरख सोग तो उपर, मान अपमान तो उत्ते, हर एक दुख सुख नूं जरख खिड़े मत्थे सहारदा है ओनू निहंग सिंह कहिंदे हन। हठी जती आओ जप तपी दाता पूरा सूर, हठी तपी जती सती और दाता दानी भी होवे, जो कुछ कोल होवे सब कुछ दे दवे। निहंग सिंह दा मतलब ये नहीं भी सारी दुनिया की माया जोड़ के अपने कब्जे च कर लवे, ना कोल जो कुछ भी आ वंड देंदा होवे, इथों तक भी लोड़ पैण ते अपना सीस भी दे दिंदा होवे। और निहंग सिंह जती सती होवे, नाले दा पक्का होवे, जपी तपी होवे, अमृत वेले उहदा संभाल के जाप करन वाला भजनीक होवे, ऐसे गुणा दा मालक सी बाबा गुरबख्श सिंह। हाँ जी, आवें पास सरदार तिस वो रहै आप मगरूर। और निहंग सिंह दी इक होर भी खूबी है, उहदे कोल भावें राजा महाराजा जिड्डा मर्जी कोई आ जावे वह अपनी मस्ती च रहेगा, उठ के नहीं किसी नूं मिलेगा, वह बेपरवाह हुंदा। बाबा अकाली फूला सिंह जी निहंग सिंह सन, महाराजा रणजीत सिंह की भी परवाह नहीं सी करदे। राजा आके खड़ा रहे कहिंदे राजा होवेगा अपने घर, खालसा वड्डा राजा है, खालसा बादशाह है, किसी की परवाह नहीं करनी। बाबा गुरबख्श सिंह जी रहे आप मगरूर, वह अपनी मस्ती च रहना, भावें कोई वड्डा राजा महाराजा आया आया रवे, फते बुला के बह जावे, वह अपने रंग विच मस्त रहिंदे सन। चाओ पई जहां युद्ध की जागा होए, जिथे जंग दा समा होवे युद्ध दी थां होवे। मरने का डर टरे ना सोए, मौत दा डर मन विच वसा के निहंग सिंह टलदा नहीं सी, गुरबख्श सिंह पिछे नहीं सी हटदा भी मारिया जावांगा, इह उहदे मन च कदी ख्याल ही नहीं सी आया। हां जी,
जहां पंथ पै बड पवे पीर, जिथे पंथ खालसे ते कोई पीड़ा पैंदी होवे, मुसीबत पैंदी होवे, डाहै आप जाए तहां शरीर। बाबा गुरबख्श सिंह जी निहंग सिंह उथे अपना शरीर जाके डाह देंदे सन, उथे खड़ जांदे, भावे कोई भी स्थान होवे, शहीदी पाण नूं तैयार पर तैयार रहिंदे सन। जहां युद्ध की जागा होए, जिथे जंग युद्ध दी जगह हुंदी सी, फड़ निशान आप अगे होए, निशान साहब फड़ के अगे हो जांदे सी लड़न नूं, साथ नगारा घुरदा जावै, जिथे बाबा गुरबख्श सिंह जी दी फौज जांदी सी नाल नगारा घुरदा जां, नगारा वजदा जांदा सी, जाए लड़ाई मूहरे पावै, सब तो मूहरे अगे होके लड़ाई मचा देंदे सी बाबा गुरबख्श सिंह जी। शहीद होए ने भाई साहब भाई मनी सिंह साहब जी, उन्हां दे हथों बाबा गुरबख्श सिंह जी निहंग सिंह ने अमृत छकिया सी। खेमकरन बार्डर है पाकिस्तान दे बार्डर दे उत्ते पिंड है खेमकरन पट्टी, खेमकरन ओह इलाका जिहड़ा है ओहदे विच इक नील पिंड है, पुतो माझे मैं तिसको ग्राम, नील पिंड दे विच माझे दे विच बाबा गुरबख्श सिंह जी दा पिंड है, भाव उत्थों दे जन्म जन्म जम पल सन बाबा जी। जदों किते बाबे गुरबख्श सिंह दी फौज निशान लै के नगारा लै के तुरदी सी, बाकी खालसा दे पिछे तुरदा, ओह पुरातन सिंह सन, सारा पंथ उहनां दी इज्जत करदा सी। जदों बाबा गुरबख्श सिंह जी निहंग सिंह तुरदे सन, बाकी खालसा उन्हां दे पिछे पिछे तुर पैंदा सी। जहां सो झंडा गड खड़ा खालसो उहां खड़ा है, जिथे ओह निशान गड के खड़ जांदा सी खालसा जो उथे अड़ जांदा सी नाल, भाव जंग दे किसे मैदान विच वी सिंघ उन्हां तों पिछे नहीं सी हटदे। श्री दरबार साहिब अमृतसर सचखंड हरिमंदर साहिब जी दे सामने, श्री अकाल तख्त साहिब अकाल बुंगा जी नूं कहिंदे आ, खालसे दा सब तों श्रोमणी तख्त है, उस जगह ते बाबा गुरबख्श सिंह जी बह के दीवान लांदे सन, जो हुक्म ओह देंदे सी सारा पंथ मन्निया करदा सी। सिरो पर उस डेरा रहै, बाबा गुरबख्श सिंह जी हर वेले शीश तली ते धर के रखदे, सिरों परे डेरा रखदे सी, भाव मौत उन्हां तों कम डरदी सी, ओह मौत तों नहीं सन डरदे। अकाल अकाल वह मुख ते कहै, बाबा गुरबख्श सिंह जी अकाल ही अकाल अकाल ही अकाल जपण करके अकाली इस करके कहिंदे है, पुरातन निहंगा सिंघां नूं अकाली कहिंदे सी। ये तो 1925 दे विच असीं अकालियां दा रूप बदलिया वेखदे हाँ, जिहड़ा पुरातन रूप है वह निहंग सिंह अकाली दा रूप है, करम अकाली साम करे। बाबा अकाली फूला सिंह जी, अकाली बाबा नैणा सिंह जी, अकाली बाबा गुरबख्श सिंह जी, इदां पुरातन सिंघां दे नामां नाल अकाली पद लिख लगा हुंदा है। सो वह अकाल अकाल जपदे सन हर वेले, अकाल दा मतलब है भी जिहड़ा काल तों परे है, जिसनों काल का डर नहीं है, मौत का डर नहीं है, वह शब्द का जाप करते सन हर वेले, अकाल ही अकाल अकाल ही अकाल। जे किसी आवाज भी मारनी, आप आम लोग हैलो ओए इदा करते हैं, सिंघां दी बोली अकाल, अगला समझ आता भी मैनू बुलाया है। ਇਹ ਬਾਬਾ ਗੁਰਬਖਸ਼ ਸਿੰਘ ਜੀ ਦੀ ਬੋਲੀ ਸੀ, ਅਕਾਲ ਅਕਾਲ ਬੋਲਦੇ ਸਨ। ਸੁਣੋ ਉਸੈ ਜੋ ਪੌਰਖ ਕਮਾਇਓ, ਉਸ ਬਾਬੇ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਨੇ ਜੋ ਬਹਾਦਰੀ ਦਾ ਕੌਤਕ ਕੀਤਾ ਤੇ ਜਾਮੇ ਸ਼ਹਾਦਤ ਛਕਿਆ, ਉਹਦਾ ਪ੍ਰਸੰਗ ਸੁਣੋ। ਸੀਸ ਲਾਏ ਜਿਮ ਗਿਲ ਜੋ ਗਲਾਇਓ, ਉਹਨਾਂ ਨੇ ਸੀਸ ਲਾ ਕੇ ਅਹਿਮਦ ਸ਼ਾਹ ਅਬਦਾਲੀ ਦੀ ਜੜ ਪੁੱਟੀ ਹੈ, ਉਹ ਕਿਸ ਤਰ੍ਹਾਂ ਹੋਇਆ ਸੁਣੋ, ਪ੍ਰਸੰਗ ਜ਼ਰੂਰੀ ਹੈ। ਗਿਲ ਜੋ ਆਇਓ ਜਿਮ ਉਤਬਾਰ, ਉਸ ਵੇਲੇ ਜਦੋਂ ਅਹਿਮਦ ਸ਼ਾਹ ਅਬਦਾਲੀ ਚੜ ਕੇ ਆਇਆ ਸੀ ਖਾਲਸੇ ਨੂੰ ਖਤਮ ਕਰਨ ਵਾਸਤੇ, ਤਿਸ ਕੋ ਬਿਰਵੋ ਲਿਖੋ ਉਚਾਰ, ਉਹਦਾ ਵੇਰਵਾ ਭਾਈ ਰਤਨ ਸਿੰਘ ਜੀ ਕਹਿੰਦੇ, ਮੈਂ ਆਪਣੇ ਪਿਤਾ ਰਾਜ ਸਿੰਘ ਤੋਂ ਸੁਣ ਕੇ ਲਿਖਦਾ ਹਾਂ। ਇੱਕ ਭਰਤਪੁਰ ਦਾ ਇਲਾਕਾ ਹੈ ਮਥੁਰਾ ਤੇ ਆਗਰੇ ਤੋਂ ਅੱਗੇ, ਉਥੋਂ ਦਾ ਇੱਕ ਸਰਦਾਰ ਸੂਰਜਮਲ ਹਿੰਦੂ ਜਾਟ ਹੋਇਆ ਹੈ। ਸੂਰਜਮਲ ਜਾਟ ਨੇ ਆਗਰੇ ਤੇ ਕਬਜ਼ਾ ਕਰ ਲਿਆ ਸੀ, ਆਗਰਾ ਫਤਿਹ ਕਰ ਲਿਆ ਸੀ, ਉਹਨੇ ਜੋਰਾ ਭੋਰਾ ਆਦਿਕ ਜਿਹੜੇ ਇਲਾਕੇ ਸਨ ਸਭ ਫਤਿਹ ਕਰ ਲਏ, ਉਹਨੇ ਸਾਰੇ ਖਜ਼ਾਨੇ ਆਗਰੇ ਦੇ ਮਥੁਰਾ ਦੇ ਸਰਕਾਰੀ ਖਜ਼ਾਨੇ ਲੁੱਟ ਲਏ। ਸੋ ਗੱਡੋ ਉਸ ਛਿਪਾਹੀ ਤੁਰਾਇਓ, ਸੋ ਗੱਡਾ ਉਹਨੇ ਛੁਪਾ ਕੇ ਮਾਲ ਦਾ ਲੱਦ ਕੇ ਤੋਰ ਦਿੱਤਾ, ਤਾਉ ਭੀ ਉਸ ਕਾ ਅੰਤ ਨਾ ਪਾਇਓ, ਫੇਰ ਵੀ ਮਾਲ ਮੁੱਕਿਆ ਨੀ ਆਗਰੇ ਦੇ ਵਿੱਚੋਂ, ਇੰਨਾ ਖਜ਼ਾਨਾ ਸ਼ਾਹੀ ਸੂਰਜਮਲ ਨੂੰ ਲੱਭ ਗਿਆ। ਨਜੀਬੇ ਰੁਹੇਲੇ ਸਿਉਂ ਬਹੁ ਲਰਿਓ, ਨਜੀਬ ਖਾਂ ਰੁਹੇਲੇ ਦੇ ਨਾਲ ਸੂਰਜਮਲ ਨੇ ਜੰਗ ਕੀਤਾ, ਬੜਾ ਭਿਆਨਕ ਯੁੱਧ ਹੋਇਆ ਸੀ, ਕਿਸੇ ਤੌਰ ਸੂਰਜਮਲ ਮਰਿਓ, ਸੂਰਜਮਲ ਉਸ ਲੜਾਈ ਚ ਮਾਰਿਆ ਗਿਆ ਸੀ। ਸੂਰਜਮਲ ਦਾ ਪੁੱਤਰ ਸੀ ਜਵਾਹਰਮਲ ਜਾਟ, ਉਸਨੇ ਜੱਟਾਂ ਦੀ ਫੌਜ ਆਗਰੇ ਦੇ ਇਲਾਕੇ 'ਚ ਇਕੱਠੀ ਕਰ ਲਈ ਅਤੇ ਉਹ
अपने प्यो का बदला अबदाली के जरनैल को रोहित नजीब खान रोहेले को लेना चाहता सी। 3 लाख रुपया वह रोज का दिता सी मराठियां नूं ते फरंगियां नूं जिहड़े अंग्रेजां दे नाल दे फरंगी फ्रांसीसी आए हुए सन और राजपूतां नूं भाव राजपूतां दी मराठियां दी ते फरंगियां दी फौज जवाहर माल ने इकट्ठी कर ली सी। एक बारी बाबा जस्सा सिंह जी आलूवालिए नूं वी अपने इलाके च सद्दिया सी सत्कार दे नाल। ओ जवाहर माल असल अबदाली दा बड़ा वड्डा दुश्मन सी। चाओ पई जट जवाहर दिल्ली घेरी जट जवाहर मल ने दिल्ली नु घेरा पा लिया। नजीबी रोहेले थो अंदर केरी ओने नजीब खान रोहेले नु अंदर घेर लिया। बहुत तंगी जब उसको पई जदो नजीब खान रोहेला घिर गया ते ओनु बड़ी तंगी होई। उसकी फरियाद फिर काबल गई नजीब खान रोहेले ने अपनी फरियाद अहमद शाह अब्दाली को काबल भेजी भी मेनू जवाहर मल मार देगा जे तुसी छेती ना आए। 30 करोड़ उस टका लिख दियो 30 करोड़ टका 30 करोड़ टका मैं दिल्ली दे खजाने चो अबदाली नु देंगा ए मान लिया नजीब खान रोहेले ने। अहमद शाह तिस मदद आयो अहमद शाह 30 करोड़ टके दे लालच नाल नजीब खान रोहेले दी मदद करन लई हिंदुस्तान ते चढ़ आया सी। आयो आई जब उसकी पई अहमद शाह अबदाली दे आउण दी खबर पंजाब दे विच होई आओ आई आ गया अबदाली आ गया दुरानी रौला पै गया। सिंह टबरन भाजड पई सिंघा दे टबरन नु भाजड पै जांदी सी क्योंकि अबदाली सिंघा नु मारदा सी पंजाब दे लोकां नूं लुटदा सी। जो नठ तुरियो पहाड़न वल जेड़े सिंघां दे बच्चे बीबियां बुढ़े कोई पहाड़ां नूं कोई बीकानेर दे जंगलां नूं कोई मालवे नूं दौड़ जांदे सन। लुटे प्रगतियां ने पुछी ना गल जेड़े पहाड़ां नूं गए ओह पहाड़ियां ने लुट लए सिख परिवार। जो वड़ लुके बेलन मत दरियाए जेड़े सिखां दे परिवार जंगलां वेलियां च लुके सन उस वेले। चोरन लुटे शेरन लए खाई उन्हां नूं चोरां ने लुट लिया जां जंगली जानवरा ने खा लिया ए तां लोकां दा बड़ा नुकसान होया। रहे देश मैं ही ए कर जोए जेड़े हौसला करके देश पंजाब विच रहे पाव जंगलां नूं नहीं गए। गिरजन फड़ाए शरीकन सोए ओ शरीकां ने अबदाली दी फौज नूं दस के फड़ा दिते ओ भी मरवा दिते। घर को छड सिंह जह जह जाहे घर छड के सिंह जिथे जिथे जांदे सन तही तही दुख बहुते पाहे उथे उथे भारी दुख भोगदे सन। दोहरा जो जंगल में जाए पुजे सो रुले बिग रुले बेगाने बार जेड़े जंगल वे जा वाले मालवे विच ओ भी बगाने बुए ते रुले हन। निहंग सिंह ऐसे सुनियो तो मन कियो बेचार जदों निहंग सिंह बाबे गुरबख सिंह नूं पता लगा भी पंजाब दे विच तां बड़ी गड़बड़ है और पंजाब विच लोक बड़े दुखी ने बेचारे बीबियां बच्चे बुढ़े ਘਰਾਂ ਬਾਰਾਂ ਨੂੰ ਛੱਡ ਕੇ ਕੋਈ ਜੰਗਲਾਂ ਵਿੱਚ ਕੋਈ ਪਹਾੜਾਂ ਵਿੱਚ ਕੋਈ ਮਾਲਵੇ ਦੇ ਵਿੱਚ ਬਗਾਨੇ ਬਾਰਾਂ ਤੇ ਰੁਲ ਰਹੇ ਨੇ। ਚਾਉ ਪਈ ਪੜੈ ਰਹਿ ਰਾਸ ਲੱਗਿਓ ਪੰਥ ਦੀਵਾਨ ਬਾਬੇ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਰਹਿ ਰਾਸ ਦਾ ਦੀਵਾਨ ਲੱਗਾ ਸ੍ਰੀ ਅਕਾਲ ਤਖ਼ਤ ਤੇ ਪਾਠ ਸੁਣਦੇ ਸਨ। ਸਾਧ ਸੰਗਤ ਜੀ ਪੁਰਾਤਨ ਸਮੇਂ ਦੀ ਮਰਜ਼ਾਦਾ ਸੀ ਅਸੀਂ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਸ਼ਾਂ ਦਾ ਜੀਵਨ ਪੜ੍ਹਦੇ ਹਾਂ ਹੋਰ ਪੁਰਾਤਨ ਗ੍ਰੰਥ ਪੜ੍ਹਦੇ ਹਾਂ ਉਹ ਪਤਾ ਲੱਗਦਾ ਕਿ ਸ਼ਾਮ ਦਾ ਦੀਵਾਨ ਰਹਿ ਰਸ ਦਾ ਅਕਾਲ ਤਖ਼ਤ ਤੇ ਲੱਗਿਆ ਕਰ ਲੱਗਦਾ ਤਾਂ ਹੁਣ ਵੀ ਹੈ ਪਰ ਹੁਣ ਲੋਕਾਂ ਨੂੰ ਮਰਿਆਦਾ ਦਾ ਪਤਾ ਨਹੀਂ ਹਰਿਮੰਦਰ ਸਾਹਿਬ ਜਾ ਕੇ ਹਾਜ਼ਰੀ ਭਰ ਲੈਂਦੇ ਅਕਾਲ ਤਖ਼ਤ ਤੇ ਘੱਟ ਬਹਿੰਦੇ। ਪਹਿਲਾਂ ਦਿਨੇ ਕੀਰਤਨ ਹਰਿਮੰਦਰ ਸਾਹਿਬ ਸੁਣਦੇ ਸੀਗੇ ਸ਼ਾਮ ਨੂੰ ਢਾਡੀਆਂ ਦੀਆਂ ਵਾਰਾਂ ਅਤੇ ਰਹਿ ਰਸ ਦਾ ਦੀਵਾਨ ਸ੍ਰੀ ਅਕਾਲ ਤਖ਼ਤ ਤੇ ਸੁਣਦੇ ਸਾਰਾ ਪੰਥ ਇਕੱਠਾ ਜ਼ਰੂਰੀ ਹੁੰਦਾ ਸੀ। ਜਿਹੜਾ ਕੋਈ ਅੰਮ੍ਰਿਤਸਰ ਵਿੱਚ ਰਹਿ ਰਿਹਾ ਹੁੰਦਾ ਸੀ ਸਿੰਘ ਸਰਦਾਰ ਉਹਨੂੰ 100 ਕੰਮ ਛੱਡ ਕੇ ਵੀ ਆਉਣਾ ਪੈਂਦਾ ਸੀ ਇਹ ਮਰਿਆਦਾ ਸੀਗੀ। ਸ੍ਰੀ ਅਕਾਲ ਪੁੰਗੇ ਦੀਵਾਨ ਸਜਿਆ ਰਹਿ ਰਾਸ ਦਾ ਪਾਠ ਸੁਣਨ ਲਈ ਸਾਰਾ ਖਾਲਸਾ ਇਕੱਠਾ ਹੋਇਆ। ਅਕਾਲ ਪੁੰਗੇ ਢਿੱਗ ਤਖ਼ਤ ਮਕਾਨ ਸ੍ਰੀ ਅਕਾਲ ਪੁੰਗੇ ਤਖ਼ਤ ਸਾਹਿਬ ਜੀ ਦੇ ਉੱਤੇ ਕਰ ਗੁਰਮਤੋ ਦੀਓ ਬਹੀਰ ਤੁਰਾਈ ਬਾਬੇ ਗੁਰਬਖਸ਼ ਸਿੰਘ ਜੀ ਨੇ ਗੁਰਮਤਾ ਕੀਤਾ ਵੀ ਹੁਣ ਅਬਦਾਲੀ ਆ ਰਿਹਾ ਹੈ ਬੀਬੀਆਂ ਦਾ ਬੱਚਿਆਂ ਦਾ ਬੁੱਢਿਆਂ ਦਾ ਨੁਕਸਾਨ ਹੋਵੇਗਾ। ਉਹਨਾਂ ਨੇ ਆਪਣੇ ਬਹੀਰ ਨੂੰ ਆਖਿਆ ਤੁਸੀਂ ਇੱਥੋਂ ਚਲੇ ਜਾਓ ਬੀਬੀਆਂ ਨੂੰ ਬੱਚਿਆਂ ਨੂੰ ਬੁੱਢਿਆਂ ਨੂੰ ਤੋਰ ਦਿੱਤਾ। ਛੜੀ ਫੌਜ ਕਿਸ ਰਹੀ ਉਸ ਥਾਈ ਕੁਝ ਫੌਜ ਯਾਨੀ ਜਿਹੜੇ ਸਿੰਘ ਸਨ ਥੋੜੇ ਜਿਹੇ ਉਹ ਰਹਿ ਗਏ ਬਾਬਾ ਗੁਰਬਖਸ਼ ਸਿੰਘ ਜੀ ਕੋਲ ਜਿਹੜੇ ਜੰਗ ਕਰਨ ਵਾਲੇ ਸਨ ਬਾਕੀਆਂ ਨੂੰ ਆਖਿਆ ਵੀ ਤੁਸੀਂ ਭਾਈ ਇੱਥੋਂ ਚਲੇ ਜਾਓ ਤੁਹਾਡਾ ਬਚਾਅ ਹੋ ਜਾਵੇ।
तब निहंग सिंह बात उचारी। गुरु भगत सिंह जी निहंग सिंह बोले, है को सिंह इस पंथ मजारी। है भाई कोई खालसे पंथ विच गुरु दा प्यारा सिंह। लाए सीस करे दरगह पुकार, के हुण सीधी पा के सीस ला के अकाल पुरख कलगीधर पातशाह दे चरणा च दरगाह च अपनी फरियाद पुका दे पहुंचा देवे। ते तां के फरियाद ए करनी है कि महाराज जी अबदाली दा आउणा बंद कर दिओ, अबदाली दे रस्ते बंद कर दिओ, पंजाब बर्बाद हो रहा है। साध संगत जी तुसी सोचो, क्योंकि असी किसी दे दुख नूं उदों समझ सकते हाँ जदों वह दुख असी अपने उत्ते घटदा सोचते हैं जां देखदे हाँ। आपां बैठे अपने घरां विच असी अपने बच्चियां दे लई वधिया कपड़े खरीदे हुए ने, खाण पीण दे वास्ते खान वधिया पदार्थ बनाए ने, मेहनत करके घर बनाए ने, भांडे टिंडे हन, कोई आवे आ के साडा घर बार लुट के लै जावे, असी साल छे महीने होर मेहनत करके दोबारा बना के घर बच्चियां दा मूंह ग्राही पाण दा साधन करिए, अगले साल वह फिर आवे फिर वह लुट के लै जावे, तो असी साडा जीना किन्ना दुख दुखदाई होवेगा। सानू अपनियां धीआं भैणां दी इज्जत बचाणी भी औखी होवे, सानू अपना बाल बच्चा बचाणा औखा होवे, किन्ना कु दुखदाई है। अबदाली इह करदा सीगा, खादा पीता लाए दा बाकी अहमद शाह दा इह कहावत चली हुई सी। अज बाबे गुरु भगत सिंह जी रहिरास दे पाठ तों बाद बड़े दुखी हिरदे नाल इह कूक के कहा, कोई है गुरु का सिंह जिहड़ा अपना सीस दे के अकाल पुरख दे दर चरणा च फरियाद पहुंचा देवे। जिवें धन गुरु तेग बहादुर साहब जी ने कश्मीरी पंडितां नूं कहा सी कि तुहाडे चों कोई महापुरश अपना सीस दे देवे ते तुहाडा धर्म बच सकदा है। सीस तां दूजे दा भी होर भी कोई दे देवे, पर होर दे दित्ते सीस दा असर नहीं पैंदा, असर पैंदा किसे महापुरश दा, बंदगी वाले दा। अज बाबा गुरबख्श सिंह जी नूं इह तां पता भी सिंघ दा रोह शहीदियां पा रहे हैं, पर कोई ऐसी रूह शहीद होवे, ऐसा कोई महाबली महापुरश अपना सीस दवे जिहदे सीस देण नाल अबदाली दा रस्ता सदा लई बंद हो जावे। हांजी, सो पुकार उस मन्नै करतार, ओ सिंह दी अरदास ओदी पुकार दरगाह च मन्नी जाएगी। करता पुरख गुरु नानक साहिब जी उस पुकार नूं सुण के अबदाली दा राह रोक देणगे। हठिया तपिया जपिया जोए, जिहड़ा हठी तपी जपी होवे रहतवान सचियार पी होए, रहतवान होवे सचियार होवे जति सती होवे हर गल च पूरा होवे ओ सिंह शहीद होवे, तां फिर अबदाली दा रस्ता बंद होवेगा। पर स्वार्थ हित देह सो लावै, ओह पूरे पंजाब पूरे हिंदुस्तान खालसे पंथ दे भले लई अपना सीस बलिदान दे दवे। वांग तारू सिंह तुरकन गलावै, जिवें तारू सिंह महापुरश होया है, उन्हें शहीदी पाई सी 1745 दे विच, ते जकरिया खान नरकां नूं गया सी, हुण भी किसे महापुरश दी शहीदी दी लोड है कि अहमद शाह अबदाली भी नरकां नूं चला जावे। सो सिंघन सुन ऐसे कहियो, बाबे गुरु भगत सिंह जी दा इह वचन सुन के श्री अकाल तख्त ते सजे होए दीवान सिंघां ने अगों आख्या, सिख भलो को भयो। ओ कहन लगे निहंग सिंह जी, तुहाडे तो वड्डा केड़ा गुरसिख है, तुहाडे तो वड्डा केड़ा महापुरश है। जिवें गुरु कलगीधर जी ने जदों पुछया, पिता जी ये पंडित ब्राह्मण क्यों बैठे ने, इन्हां दा धर्म किवें बच सकदा है, ते महाराज ने आख्या, पुत्र इन्हां दा धर्म कोई महापुरश ही बचा सकदा है अपने सीस दा बलिदान दे के। ते कलगीधर जी ने आख्या, पिता जी तुहाडे तो वड्डा महापुरश कौन है। श्री अकाल बुंगे ते अज सारे सिंह कहन लगे, बाबा गुरबख्श सिंह जी तुहाडे तो वड्डा महापुरश कौन है। ऐसी शक्त और किस माहे, होर किहदे विच जितनी शक्ति हो सकती है, जितनी शक्ति तुहाडे विच है। पुजै पुकार जिस सच्ची दरगाहे, जिहदी पुकार सच्ची दरगाह च पहुंच सकदी है तुसी हो। दोहरा सो सुन सिंह जी मन लई, हाथ जोर सिर नाए। बाबा गुरु भगत सिंह जी ने सारे पंथ खालसे दा बचन सिर मथे ते हाथ जोड़ के मान लिया, ठीक है सिंह, जे साडा सीस देण दे नाल अबदाली दा राह बंद हुंदा है
ਤਾਂ ਅਸੀਂ ਆਪਣਾ ਸੀਸ ਦੇ ਦਿਆਂਗੇ। ਖਾਲਸਾ ਅੱਗੇ ਜੋੜ ਹੱਥ ਗਾਨਾ ਲਇਓ ਬੰਧਾਈ। ਬਾਬਾ ਗੁਰੂ ਭਗਤ ਸਿੰਘ ਜੀ ਕਹਿਣ ਲੱਗੇ ਫਿਰ ਲਓ ਖਾਲਸਾ ਜੀ ਸਾਡੇ ਹੱਥ ਦੇ ਸ਼ਹੀਦੀ ਗਾਨਾ ਬੰਨ ਦਿਓ। ਜਿਵੇਂ ਕੋਈ ਲੜਕੇ ਨੂੰ ਬਰਾਤ ਵਿੱਚ ਲਿਜਾਣਾ ਹੋਵੇ ਨਾ ਤੇ ਉਹ ਵਿਆਹ ਤੋਂ ਪਹਿਲਾਂ ਉਹ ਲਾੜੇ ਨੂੰ ਗਾਨਾ ਬੰਨ ਦਿੰਦੇ, ਉਹਨੂੰ ਕਹਿੰਦੇ ਨੇ ਸਾਹੇ ਬੰਨਿਆ, ਸਾਹੇ ਬੰਨ ਦਿੰਦੇ ਆ, ਕਹਿੰਦੇ ਹੁਣ ਮੇਰਾ ਸ਼ਹੀਦੀ ਦਾ ਗਾਨਾ ਬੰਨ ਦਿਓ, ਫਿਰ ਮੈਂ ਹੁਣ ਸ਼ਹੀਦ ਹੋਵਾਂਗਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਲੜ ਕੇ। ਜਾਓ ਪਈ ਨਿਹੰਗ ਸਿੰਘ ਤਬ ਬਚਨ ਉਚਾਰਾ। ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਖਾਲਸੇ ਦੇ ਦੀਵਾਨ ਵਿੱਚ ਇਉਂ ਬੋਲੇ, ਹੈ ਗੁਰਮੁਖ ਜੋ ਸਿੰਘ ਪਿਆਰਾ। ਬਾਬਾ ਜੀ ਕਹਿਣ ਲੱਗੇ ਹੈ ਵੀ ਕੋਈ ਗੁਰੂ ਕਾ ਪਿਆਰਾ ਗੁਰਮੁਖ ਸਿੰਘ, ਕਰੈ ਤਿਆਰੀ ਹਮ ਸੰਗ ਸੋਏ। ਜਿਹਨੇ ਜਾਣਾ ਹੋਵੇ ਸੱਚਖੰਡ, ਅਸੀਂ ਜਾਣਾ ਸੱਚਖੰਡ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਜਾਣਾ ਹੈ। ਸਾਡੇ ਨਾਲ ਜਿਹੜੀ ਫੌਜ ਨੇ ਜਾਣਾ ਹੈ ਉਹ ਗਾਨੇ ਬੰਨ ਲਓ, ਸ਼ਹੀਦੀ ਗਾਨੇ। ਹਾਂਜੀ, ਮੈਂ ਤਾਂ ਲਾੜਾ ਬਣਨਾ, ਮੇਰੀ ਜੰਜ ਜਾਣੀ ਹੈ, ਮੇਰੇ ਨਾਲ ਸਰਬਾਲੇ ਬਣਨਾ ਹੈ। ਜਿਵੇਂ ਕੋਈ ਲੜਕਾ ਵਿਆਹਣ ਜਾਂਦਾ ਨਾ, ਉਹਦੇ ਸਿਹਰੇ ਬੰਨ ਦਿੰਦੇ ਹੈ, ਗਾਨਾ ਬੰਨ ਦਿੰਦੇ, ਉਹਦੇ ਨਾਲ ਇੱਕ ਛੋਟੀ ਉਹਦੇ ਭਾਈ ਨੂੰ ਜਾਂ ਕਿਸੇ ਦੋਸਤ ਨੂੰ ਜਾਂ ਕਿਸੇ ਹੋਰ ਨੌਜਵਾਨ ਨੂੰ ਸਰਬਾਲਾ ਵੀ ਬਣਾ ਦਿੰਦੇ। ਮੈਂ ਤਾਂ ਲਾੜਾ ਬਣਾਂਗਾ ਤੇ ਮੇਰੇ ਨਾਲ ਸਰਬਾਲੇ ਬਣਨ ਲਈ ਲਾੜੀ ਮੌਤ ਵਿਆਹਣ ਲਈ ਤਿਆਰ ਹੋ ਜਾਓ। ਸੁਣਤ ਬਚਨ ਸਿੰਘ ਕਈ ਖਲੋਏ। ਬਾਬਾ ਜੀ ਦਾ ਬਚਨ ਸੁਣ ਕੇ ਕਈ ਸਿੰਘ ਖਲੋ ਗਏ ਸ਼ਹੀਦੀਆਂ ਪਾਉਣ ਨੂੰ ਤਿਆਰ ਬਰ ਤਿਆਰ। ਉਸ ਵੇਲੇ ਖਾਲਸਾ ਜੀ, ਖਾਲਸਾ ਅਸਲ ਖਾਲਸਾ ਸੀਗਾ, ਸ਼ਹੀਦੀ ਦੇ ਨਾਂ ਨੂੰ ਤਾਂ ਇੱਕ ਮਿੰਟ 'ਚ ਤਿਆਰ ਹੋ ਜਾਂਦੇ ਸਨ। ਸ਼ਹੀਦੀ ਤਾਂ ਉਹਨਾਂ ਵਾਸਤੇ ਕੋਈ ਆਮ ਜੀ ਗੱਲ ਸੀ। ਤੋ ਉਹ ਜਿੱਥੇ ਬਾਬਾ ਗੁਰਬਖਸ਼ ਸਿੰਘ ਜੀ ਖੜੇ, ਨਾਲ ਹੋਰ ਵੀ ਵਾਰੋ ਵਾਰੀ ਸਿੰਘ ਤਿਆਰ ਹੋ ਗਏ। ਕਰ ਕੁਰਨਸ਼ ਸਿੰਘ ਚਰਨ ਪਰਸੋਏ। ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰਾਂ ਕੀਤੀਆਂ। ਸਿੰਘ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ ਨੂੰ ਨਮਸਕਾਰ ਕੀਤੀ। ਹੁਣ ਸਿੰਘਣ ਤਬ ਐਸ ਉਚਾਰਾ। ਉਹ ਸਿੰਘ ਕਹਿਣ ਲੱਗੇ ਬਾਬਾ ਜੀ, ਜਥੇਦਾਰ ਜੀ, ਹਮ ਚਾਹਤ ਥੇ ਬਚਨ ਤੁਮਾਰਾ। ਅਸੀਂ ਤਾਂ ਤੁਹਾਡਾ ਹੁਕਮ ਚਾਹੁੰਦੇ ਸੀ, ਇਸ਼ਾਰਾ ਮੰਗਦੇ ਸੀ ਵੀ ਬਾਬਾ ਗੁਰਬਖਸ਼ ਸਿੰਘ ਜੀ ਹੁਕਮ ਦੇ ਦੇਣ ਤੇ ਅਸੀਂ ਵੀ ਸ਼ਹੀਦੀਆਂ ਪਾ ਜਾਈਏ। ਸਿੰਘਣ ਦੇਖ ਸਿੰਘ ਔਰ ਭਏ ਖੜੇ। ਕੁਝ ਸਿੰਘਾਂ ਨੂੰ ਖੜਿਆ ਵੇਖ ਕੇ, ਉਹਨਾਂ ਨੂੰ ਵੇਖ ਕੇ ਹੋਰ ਸਿੰਘਾਂ ਨੂੰ ਵੀ ਚਾਹ ਚੜ ਗਿਆ। ਤਿੰਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣਤਾਸਾ, ਜਿਨੀ ਮੈਂਡਾ ਲਾਲ ਰਿਝਾਇਆ, ਹਉ ਤਿਸ ਆਗੇ ਮਨ ਡੇਹੀਆ, ਨਾਨਕ ਕਹਿ ਸੁਣ ਬਿਨੋ ਸੁਹਾਗਣ, ਮੂੰਹ ਦੱਸ ਡਿਖਾ ਪਿਰ ਕੇਹੀਆ। ਧੰਨ ਗੁਰੂ ਕੁਲਗੀਧਰ ਪਾਤਸ਼ਾਹ ਦੇ ਪਿਆਰੇ ਸਿੰਘ ਵਾਰੀ ਵਾਰੀ ਸ਼ਹੀਦੀਆਂ ਪਾਉਣ ਨੂੰ ਅੱਗੇ ਆ ਗਏ। ਤੁਮ ਲਾੜੇ ਹਮ ਹੋਏ ਜੰਜ ਚੜੇ। ਬਾਬੇ ਗੁਰਬਖਸ਼ ਸਿੰਘ ਨੂੰ ਉਹ ਸਿੰਘ ਕੀ ਕਹਿੰਦੇ ਆ, ਬਾਬਾ ਜੀ ਤੁਸੀਂ ਲਾੜੇ ਹੋ ਤੇ ਅਸੀਂ ਤੁਹਾਡੇ ਜੰਜੀ ਹਾਂ, ਅਸੀਂ ਜੰਜ ਚੜੇ ਹਾਂ ਤੁਹਾਡੇ ਨਾਲ, ਲਾੜੀ ਮੌਤ ਵਿਆਹਾਂਗੇ, ਸ਼ਹੀਦੀਆਂ ਪਾਵਾਂਗੇ। ਤਬ ਨਿਹੰਗ ਸਿੰਘ ਐਸੇ ਕਹਿਓ। ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਇੰਜ ਕਹਿਣ ਲੱਗੇ, ਜਾ ਕੋ ਫਲ ਜਨਮ ਆਗੇ ਲਹਿਓ। ਖਾਲਸਾ ਜੀ, ਫਿਰ ਜੇ ਤੁਸੀਂ ਸ਼ਹੀਦੀਆਂ ਪਾਉਣ ਲਈ ਤਿਆਰ ਹੋ ਨਾ, ਇਹਦਾ ਫਲ ਤੁਹਾਨੂੰ ਅਗਲੇ ਜਨਮਾਂ ਚ ਮਿਲੇਗਾ। ਸਤਸੰਗ ਜੀ, ਉਹੀ ਸਿੰਘ ਜਿਹੜੇ ਉੱਥੇ ਸ਼ਹੀਦ ਹੋਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹਨਾਂ ਨੇ ਸਰਦਾਰੀਆਂ ਕੀਤੀਆਂ, ਰਾਜ ਭਾਗ ਕੀਤੇ, ਉਹ ਅੱਗੇ ਬਚਨ ਆਉਣਾ ਹੈ। ਸੋ ਬਾਬਾ ਜੀ ਕਹਿੰਦੇ ਇਹਦਾ ਅਗਲੇ ਜਨਮਾਂ 'ਚ ਫਲ ਮਿਲੇਗਾ। ਜਿਹੜੇ ਨਿਸ਼ਕਾਮ ਹੋਣਾ ਚਾਹੁੰਦੇ ਉਹ ਸੱਚਖੰਡ ਦੇ ਵਾਸੀ ਹੋਣਗੇ, ਜਿਹੜੇ ਸਾਕਾਮ ਭਾਵਨਾ ਵਾਲੇ ਆਏ ਖੜੇ ਹੋ ਉਹ ਅਗਲੇ ਜਨਮਾਂ 'ਚ ਰਾਜ ਭਾਗ ਵੀ ਭੋਗੋਗੇ ਤੇ ਫਿਰ ਵੀ ਮੁਕਤੀ ਮਿਲੇਗੀ। ਸੀਸ ਲਾਏ ਹਮ ਕਰੈ ਵਿਆਹੇ। ਅਸੀਂ ਸੀਸ ਲਾ ਕੇ ਸ਼ਹੀਦੀ ਪਾ ਕੇ ਲਾੜੀ ਮੌਤ ਨਾਲ ਵਿਆਹ ਕਰਾਂਗੇ। ਬਹੁਪਤ ਸ਼ਾਹੀ ਅਸੀਂ ਲਿਹੇ ਪ੍ਰਣਾਏ। ਔਰ ਬਾਦਸ਼ਾਹੀ ਪ੍ਰਣਾਵਾਂਗੇ, ਰਾਜ ਭਾਗ ਸਾਨੂੰ ਮਿਲੇਗਾ। ਹਮਰਾ ਸੰਗ ਜੋ ਜਾਂਜੀ ਲੋਕ, ਜਿਹੜੇ ਸਾਡੇ ਨਾਲ ਜਾਂਜੀ ਚੜਨਗੇ ਸ਼ਹੀਦੀ ਪਾਉਣ ਲਈ, ਇਸ ਜੰਜ ਵਿੱਚ ਸ਼ਹੀਦਾਂ ਦੀ ਜੰਜ 'ਚ ਸ਼ਾਮਿਲ ਹੋਣਗੇ। ਪਤ ਸ਼ਾਹੀਓ ਵੱਡੋ ਉਹ ਭੀ ਹੋ, ਉਹ ਵੀ ਬਾਦਸ਼ਾਹਾਂ ਤੋਂ ਵੱਡੇ ਹੋਣਗੇ, ਰਾਜ ਭਾਗ ਦੇ ਮਾਲਕ ਹੋਣਗੇ। ਦੋਹਰਾ ਸਮਰ ਸੀਸ ਸਨਮੁਖ ਦਏ, ਹੋਏ ਭੂਪ ਪਾਏ ਬੜ ਰਾਜ। ਇਹ ਬਚਨ ਦਸਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਦੇ ਹਨ। ਸਮਰ ਸਾਮਹੇ ਸੀਸ ਤੋਪੈ ਚੜਾਵੈ, ਜਿਹੜਾ ਸਮਰ ਜੰਗ ਦੇ ਮੈਦਾਨ ਵਿੱਚ ਹੇ ਅਕਾਲ ਪੁਰਖ ਦੀ ਚੰਡੀ ਤੇਰੇ ਸਾਹਮਣੇ ਆਪਣਾ ਸੀਸ ਭੇਟਾ ਕਰ ਦਿੰਦਾ ਹੈ, ਵੈ ਭੂਪ ਵੈ ਅਵਤਰੈ ਰਾਜ ਪਾਵੈ।
ਉਹ ਰਾਜਾ ਬਣ ਕੇ ਆਵੇਗਾ ਤੇ ਰਾਜ ਪ੍ਰਾਪਤ ਕਰੇਗਾ, ਅਗਲੇ ਜਨਮ ਚ ਬਾਦਸ਼ਾਹ ਬਣੇਗਾ। ਉਸ ਤੋਤਰ ਚੰਡੀ ਮੈਂ ਕਹੀ ਸ੍ਰੀ ਸਤਿਗੁਰ ਮੁਖ ਵਾਜ, ਜੋ ਚੰਡੀ ਦੀ ਉਸਤਤ ਦਾ ਬਚਨ ਹੈ ਚੰਡੀ ਚਰਿੱਤਰ ਵਿਚ, ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਉੱਥੇ ਬਚਨ ਕਹੇ ਹਨ। ਚੌਪਈ ਸਮਰ ਸਮ ਹੈ ਸੀਸ ਤੋਪੈ ਚੜਾਵੈ, ਇਹ ਬਚਨ ਬਾਣੀ ਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿਚ ਇਹ ਪਾਵਨ ਸ੍ਰੀ ਮੁਖ ਵਾਕ ਹਨ। ਸਮਰ ਸਾਹਮਣੇ ਸੀਸ ਤੋਂ ਪੈ ਚੜਾਵੈ, ਹੇ ਅਕਾਲ ਪੁਰਖ ਦੀ ਸ਼ਕਤੀ, ਹੇ ਚੰਡਕਾ, ਹੇ ਸ੍ਰੀ ਸਾਹਿਬ, ਜਿਹੜਾ ਸੂਰਮਾ ਤੇਰੇ ਸਾਹਮਣੇ ਆਪਣਾ ਸੀਸ ਭੇਟਾ ਕਰਦਾ ਹੈ। ਮਹਾਭੂਪ ਹੋਏ ਅਵਤਰੈ ਰਾਜ ਪਾਵੈ, ਮਹਾਭੂਪ ਹੋ ਕੇ ਵੱਡਾ ਰਾਜਾ ਬਣ ਕੇ ਧਰਤੀ ਤੇ ਆਉਂਦਾ ਹੈ ਤੇ ਰਾਜ ਕਰਦਾ ਹੈ। ਹੋਏ ਸਤ ਤਿਮ ਜਿਮ ਗੁਰ ਆਖਾ, ਜੋ ਸਤਿਗੁਰੂ ਕਲਗੀਧਰ ਜੀ ਨੇ ਆਪਣੀ ਬਾਣੀ ਚ ਬਚਨ ਕਹੇ ਉਹ ਸਤ ਹੋਣੇ ਹਨ। ਯਹੀ ਬਚਨ ਗੁਰ ਬਖਸ਼ ਸਿੰਘ ਭਾਖਾ, ਬਾਬਾ ਗੁਰਬਖਸ਼ ਸਿੰਘ ਜੀ ਗੁਰਬਾਣੀ ਦੀਆਂ ਪੰਕਤੀਆਂ ਸੁਣਾ ਕੇ ਸਿੰਘਾਂ ਨੂੰ ਵੀਰ ਰਸ ਵਿਚ ਰੰਗ ਰਹੇ ਹਨ। ਤਾਉ ਲਾਉ ਪੁੱਜਿਓ ਸ਼ਾਹੂ ਆਏ ਲਾਹੌਰ, ਮੈਨੂੰ ਅਹਿਮਦ ਸ਼ਾਹ ਅਬਦਾਲੀ ਲਾਹੌਰ ਆ ਪਹੁੰਚਿਆ, ਚੱਲਿਓ ਚਹਿਤ ਥੋ ਦਿੱਲੀ ਔਰ, ਔਰ ਦਿੱਲੀ ਨੂੰ ਜਾਣਾ ਚਾਹੁੰਦਾ ਸੀ ਅਬਦਾਲੀ। ਸ੍ਰੀ ਅੰਮ੍ਰਿਤਸਰ ਸਿੰਘ ਉਨ ਸੁਣੇ, ਉਹਨੇ ਸੁਣਿਆ ਸ੍ਰੀ ਅੰਮ੍ਰਿਤਸਰ ਵਿਚ ਬਾਬਾ ਗੁਰਬਖਸ਼ ਸਿੰਘ ਸਿੰਘਾਂ ਦੀ ਫੌਜ ਲੈ ਕੇ ਬੈਠਾ ਹੈ। ਭਰਿਓ ਚਹਿਤ ਸੋ ਉੱਪਰ ਉਨੇ, ਉਹ ਖਾਲਸੇ ਦੇ ਉੱਤੇ ਹੱਲਾ ਕਰਨ ਦੇ ਲਈ ਅਬਦਾਲੀ ਨੇ ਤਿਆਰੀ ਕਰ ਲਈ। ਸੁਣ ਅਵਾਈ ਕੰਮ ਦਿਲ ਨੱਠ ਗਏ, ਜਦੋਂ ਆਵਾਜ਼ ਆਈ ਵੀ ਅਬਦਾਲੀ ਆ ਗਿਆ ਅੰਮ੍ਰਿਤਸਰ ਸ਼ਹਿਰ ਤੇ ਇਲਾਕੇ, ਜਿਹੜੇ ਕਮਜ਼ੋਰ ਦਿਲਾਂ ਵਾਲੇ ਲੋਕ ਸੀ ਜੰਗਲਾਂ ਪਹਾੜਾਂ ਨੂੰ ਦੌੜ ਗਏ। ਗੁਰਬਖਸ਼ ਸਿੰਘ ਸਗਵਾਂ ਤੋਰ ਦਏ, ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਤੋਰ ਦਿੱਤਾ, ਜਾਓ ਬਾਈ ਆਪੋ ਆਪਣੀਆਂ ਜਾਨਾਂ ਲੈ ਕੇ ਨਿਕਲ ਜਾਓ, ਇੱਥੇ ਸ਼ਹੀਦੀਆਂ ਹੋਣੀਆਂ ਸਾਡੇ ਕੋਲ, ਉਹ ਰਵੇ ਜਿਹਨੇ ਸ਼ਹੀਦੀ ਪ੍ਰਾਪਤ ਕਰਨੀ ਹੈ, ਜਿਹਨੇ ਪਿੱਛੋਂ ਭੱਜਣਾ ਉਹ ਪਹਿਲਾਂ ਹੀ ਚਲੇ ਜਾਓ। ਬਾਬੇ ਗੁਰਬਖਸ਼ ਸਿੰਘ ਨੇ ਕੱਚੇ ਪਿੱਲੇ ਦੁੜਾ ਦਿੱਤੇ ਸਾਰੇ। ਕੁੱਤੇ ਭੁਜੰਗੀ ਜੋ ਗੁਰ ਲਾਲ, ਜਿਹੜੇ ਗੁਰੂ ਦੇ ਲਾਲ ਭੁਜੰਗੀ ਸ਼ਹੀਦੀਆਂ ਪਾਉਣ ਨੂੰ ਤਿਆਰ ਬਰ ਤਿਆਰ ਸਨ, ਹੁਣ ਸ਼ਹੀਦ ਕਿਛ ਰਹੇ ਸਿੰਘ ਨਾਲ, ਉਹ ਸ਼ਹੀਦੀਆਂ ਪਾਉਣ ਦੇ ਚਾਹਵਾਨ ਥੋੜੇ ਜਿਹੇ ਸਿੰਘ ਗੁਰੂ ਸਾਹਿਬ ਦੇ ਪਿਆਰੇ ਸਿੰਘ ਸ੍ਰੀ ਅੰਮ੍ਰਿਤਸਰ ਚ ਰਹਿ ਗਏ, ਬਾਕੀ ਸਭ ਪੱਤਰਾ ਵਾਚ ਗਏ। ਕਿਸੇ ਪੁਸ਼ਾਕ ਥੀ ਨੀਲੀ ਸਜਾਈ, ਉਹਨਾਂ ਸ਼ਹੀਦਾਂ ਸਿੰਘਾਂ ਨੇ ਕਿਸੇ ਨੇ ਨੀਲੇ ਰੰਗ ਦਾ ਚੋਲਾ ਪਾਇਆ ਸੀ, ਕਿਸੇ ਸੇਤ ਕਿਸੇ ਕੇਸਰੀ ਰੰਗਵਾਈ, ਕਿਸੇ ਨੇ ਚਿੱਟਾ ਚੋਲਾ ਪਾਇਆ ਸੀ ਤੇ ਕਿਸੇ ਨੇ ਕੇਸਰੀ ਬਾਣਾ ਪਹਿਨਿਆ ਸੀ। ਸ੍ਰੀ ਅਕਾਲ ਬੁੰਗਾ ਸਨਮੁਖ ਦਰਬਾਰ, ਸ੍ਰੀ ਅਕਾਲ ਬੁੰਗੇ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ, ਤੇ ਸੁਖਾ ਸਿੰਘ ਭਏ ਤਿਆਰ, ਸ਼ਹੀਦੀ ਦੇਗਾਂ ਛੱਕ ਕੇ ਖਾਲਸਾ ਤਿਆਰ ਬਰ ਤਿਆਰ ਹੋ ਗਿਆ। ਹੁਣ ਸ਼ਹੀਦੀ ਸੋ ਪਰਹਿਤ ਕਾਜ, ਪਰਾਏ ਕਾਰਜ ਲਈ ਸ਼ਹੀਦੀ ਪਾਉਣ ਵਾਸਤੇ ਸਿੰਘ ਤਿਆਰ ਬਰ ਤਿਆਰ ਹੋ ਗਏ। ਪਹਿਰ ਸ਼ਸਤਰ ਇਮ ਸਾਜਿਓ ਸਾਜ, ਸ਼ਸਤਰ ਬਸਤਰ ਸਾਜ ਕੇ ਸਿੰਘ ਇਸ ਤਰ੍ਹਾਂ ਤਿਆਰ ਹੋਏ। ਭਾਈ ਸਾਹਿਬ ਜੀ ਲਿਖਦੇ ਸਿੰਘਾਂ ਦਾ ਤਿਆਰ ਬਰ ਤਿਆਰ ਕਿਵੇਂ ਹੋਏ। ਦੋਹਰਾ ਬਸਤਰ ਸ਼ਸਤਰ ਪਹਿਰ ਸਿੰਘ ਭਏ ਤਬੈ ਸਾਵਧਾਨ, ਸਿੰਘਾਂ ਨੇ ਬਸਤਰ ਸ਼ਸਤਰ ਸਜਾ ਲਏ ਸਾਵਧਾਨ ਹੋ ਗਏ। ਗੁਰੂ ਗ੍ਰੰਥ ਬਾਣੀ ਪੜੀ ਗੁਰੂ ਨਾਨਕ ਪਗ ਧਰ ਧਿਆਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਅਕਾਲੀ ਬਾਣੀ ਪੜੀ, ਦਸਮ ਦੀ ਬਾਣੀ ਪੜੀ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਚ ਅਰਦਾਸਾ ਸੋਧਿਆ। ਚਾਉ ਪਈ ਪੰਜ ਪੌੜੀ ਸਿੰਘ ਆਨੰਦ ਪੜਾਇਓ, ਪੰਜ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੀਆਂ ਬਾਬਾ ਗੁਰਬਖਸ਼ ਸਿੰਘ ਜੀ ਨੇ ਪੜ ਕੇ, ਗੁਰ ਗਣੇਸ਼ ਜਿਮ ਗ੍ਰੰਥ ਪੂਜਾਇਓ, ਜਿਵੇਂ ਹਿੰਦੂ ਲੋਕ ਗਣੇਸ਼ ਦੀ ਪੂਜਾ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕੀਤੀ। ਵਿਆਹੇ ਵਾਂਗ ਕਿਉ ਜਗ ਉਸ਼ਾਹੇ, ਜਿਵੇਂ ਵਿਆਹ ਦੇ ਵਿਚ ਤਿਆਰੀਆਂ ਹੁੰਦੀਆਂ ਨੇ, ਬਾਬਾ ਗੁਰਬਖਸ਼ ਸਿੰਘ ਜੀ ਵਿਆਹ ਦੀ ਤਰ੍ਹਾਂ ਤਿਆਰੀ ਕਰਨ ਲੱਗੇ। ਸਿੰਘਨ ਬਹਾਏ ਖੁਲਾਓ ਕੜਾਹੇ, ਔਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਖਾਲਸੇ ਨੂੰ ਛਕਾਈਆਂ ਖੁੱਲੀਆਂ। ਅਤਰ ਅੰਬੀਰ ਸਿੰਘ ਅੰਗ ਮਲਾਵੈ, ਅਤਰ ਅੰਬੀਰ ਕੇਸਰ ਸਿੰਘਾਂ ਨੇ ਆਪਣੇ ਬਸਤਰਾਂ ਦੇ ਉੱਤੇ ਲਾ ਲਿਆ, ਜਿਵੇਂ ਬਰਾਤੇ ਚੜ੍ਹਨ ਵੇਲੇ ਲਾੜੇ ਉਹ ਸੋਹਣਾ ਅਤਰ ਫੁਲੇਲ ਲਾ ਕੇ ਸੈਂਟ ਵਗੈਰਾ ਲਾ ਕੇ ਜਾਂਦੇ ਨਾ, ਏਦਾਂ ਸਿੰਘਾਂ ਨੇ ਵੀ ਸੋਹਣੇ ਸਗਨ ਮਨਾਏ ਸ਼ਹੀਦੀ ਪਾਉਣ ਤੋਂ ਪਹਿਲਾਂ। ਜਿਸ ਬਿਦ ਬਟਨੇ ਲਾੜੀ ਲਾਵੈ, ਜਿਵੇਂ ਲਾੜਿਆਂ ਨੂੰ ਬਟਨਾ ਬਲਦੇ ਆ, ਸਿੰਘਾਂ ਨੇ ਇਹੋ ਜਿਹੇ ਇਸ਼ਨਾਨ ਪਾਨ ਕੀਤੇ। ਸ਼ਬਦ ਪੜੈ ਸਿੰਘ ਸਾਜ ਵਜਾਵੈ, ਸਿੰਘ ਸਾਜ ਵਜਾ ਕੇ ਢੋਲਕੀਆਂ ਮਿਰਦੰਗ ਵਜਾ ਕੇ ਕੀਰਤਨ ਕਰਦੇ ਸ਼ਬਦ ਪੜਦੇ ਆ। ਵਾਂਗ ਸੁਹਾਗਣ ਘੋੜੀਆਂ ਗਾਵੈ, ਸੁਹਾਗਣਾਂ ਦੀ ਤਰ੍ਹਾਂ ਵਿਆਹ ਦੀਆਂ ਘੋੜੀਆਂ ਗਾ ਰਹੇ ਨੇ। ਉੱਠ ਅੰਮ੍ਰਿਤਸਰ ਸਿੰਘ ਜੀ ਨਹਾਇਓ, ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿਚ ਬਾਬਾ ਗੁਰਬਖਸ਼ ਸਿੰਘ ਜੀ ਆਪਣੇ
ਆਪਣੇ ਸਾਥੀਆਂ ਸਮੇਤ ਅਖੀਰਲਾ ਇਸ਼ਨਾਨ ਸੋਧਿਆ। ਅਕਾਲ ਬੁੰਗੈ ਪਰ ਤਖਤ ਬਹਾਇਓ, ਇਸ਼ਨਾਨ ਪਾਣ ਕਰਕੇ ਅਕਾਲ ਤਖਤ ਦੇ ਉੱਤੇ ਆ ਗਏ। ਨਈ ਪੁਸ਼ਾਕ ਸਿੰਘ ਪਹਿਰ ਸੁਹਾਇਓ, ਨਵਾਂ ਚੋਲਾ ਬਾਬੇ ਗੁਰਬਖਸ਼ ਸਿੰਘ ਜੀ ਨੇ ਪਾਇਆ, ਜਿਵੇਂ ਜੰਜ ਨੂੰ ਚੜ੍ਹਨ ਲਈ ਲਾੜਾ ਨਵੇਂ ਕੱਪੜੇ ਪਾਉਂਦਾ ਹੈ। ਜੰਗ ਕੱਛ ਗਲ ਚੋਲਾ ਪਾਇਓ, ਔਰ ਕਛਹਿਰਾ ਚਿੱਟੇ ਰੰਗ ਦਾ ਨਵਾਂ ਤੇ ਚੋਲਾ ਪਾ ਕੇ, ਸੀਸ ਪੱਗ ਲਈ ਖੂਬ ਸ਼ਿਕਾਈ, ਔਰ ਵੱਡਾ ਸਾਰਾ ਦੁਮਾਲਾ ਪੰਜ ਸੱਤ ਪੱਗਾਂ ਸਿਰ ਦੇ ਉੱਤੇ ਸਜਾ ਕੇ, ਚੱਕਰ ਖੰਡੇ ਤੋੜੇ ਸਜਾ ਲਏ, ਧਰੇ ਚੱਕਰ ਸਿਰ ਪੇਚੇ ਦਾਈ, ਔਰ ਪੇਚਦਾਰ ਚੱਕਰ ਸੀਸ ਦੇ ਉੱਤੇ ਲਾ ਕੇ ਉਹਨਾਂ ਦੇ ਉੱਤੋਂ ਦੀ ਦੁਮਾਲੇ ਦੇ ਲੜ ਪਾ ਲਏ, ਤਾਂ ਕਿ ਕਿਤੇ ਲੋੜ ਪੈ ਜੇ ਦੁਮਾਲਾ ਖੁੱਲੇ ਨਾ। ਹਾਂਜੀ, ਚੱਕਰਨ ਕੈ ਮਦ ਕਰਦ ਗਡੋਈ, ਔਰ ਉਹਨਾਂ ਚੱਕਰਾਂ ਦੇ ਵਿੱਚ ਕਰਦਾਂ ਕਿਰਪਾਨਾਂ ਖੰਡੇ ਗੱਡ ਲਏ, ਜਨ ਲਾੜੈ ਸਿਰ ਕਲਗੀ ਸੋਹੀ, ਜਿਵੇਂ ਲਾੜਿਆਂ ਦੇ ਸਿਰ ਤੇ ਕਲਗੀਆਂ ਲੱਗੀਆਂ ਹੁੰਦੀਆਂ ਨੇ, ਏਦਾਂ ਬਾਬੇ ਗੁਰਬਖਸ਼ ਸਿੰਘ ਦੇ ਮੱਥੇ ਤੇ ਖੰਡਾ ਲੱਗਾ ਹੈ। ਦੋਹਰਾ ਦਰਬਾਰੋਂ ਸਿੰਘ ਕੋ ਸੇਹਰੋ ਭੇਜਿਓ ਖੂਬ ਬਣਾਏ, ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੋਂ ਜਿਹੜੇ ਪੁਜਾਰੀ ਸਿੰਘ ਸਨ, ਉਹਨਾਂ ਨੇ ਇੱਕ ਫੁੱਲਾਂ ਦਾ ਸਿਹਰਾ ਬਣਾ ਕੇ ਸ੍ਰੀ ਅਕਾਲ ਤਖ਼ਤ ਤੇ ਭੇਜਿਆ। ਕਰ ਅਰਦਾਸ ਸਿਰ ਪਰ ਧਰਿਓ ਤਉ ਅਸੀਸ ਵੱਢ ਪਾਏ, ਅਰਦਾਸ ਕਰਕੇ ਬਾਬੇ ਗੁਰਬਖਸ਼ ਸਿੰਘ ਫੁੱਲਾਂ ਦਾ ਸਿਹਰਾ ਜਿਹੜਾ ਹਰਿਮੰਦਰ ਸਾਹਿਬ ਚੋਂ ਆਇਆ ਸੀਗਾ, ਉਹ ਆਪਣੇ ਦੁਮਾਲੇ ਦੇ ਉੱਤੇ ਸਜਾ ਲਿਆ, ਜਿਵੇਂ ਲਾੜਾ ਸਿਹਰਾ ਬੰਨ ਲੈਂਦਾ ਹੈ। ਕਰ ਕੰਗਨੋ ਸਿਰ ਸੇਹਰੋ ਮੋਢੇ ਧਰ ਤਲਵਾਰ, ਸਿਰ ਤੇ ਸਿਹਰਾ ਬੰਨਿਆ ਹੈ, ਹੱਥ ਵਿੱਚ ਕੰਗਣ ਬੰਨਿਆ ਕੰਗਣਾ ਬੰਨਿਆ ਹੈ, ਤੇ ਮੋਢੇ ਤੇ ਨੰਗੀ ਤੇਗ ਰੱਖੀ ਹੈ। ਤਖਤੋਂ ਉੱਤਰ ਨਿਹੰਗ ਸਿੰਘ ਪੂਜਣ ਚੱਲਿਓ ਦਰਬਾਰ, ਸ੍ਰੀ ਅਕਾਲ ਤਖਤ ਪੂਰੇ ਲਾੜਿਆਂ ਦੀ ਤਰ੍ਹਾਂ ਸਜ ਕੇ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਹਨ। ਉਸ ਤੋਂ ਅੱਗੇ ਜੰਗ ਕਿਵੇਂ ਹੋਇਆ, ਇਹ ਕਥਾ ਬਾਬੇ ਗੁਰਬਖਸ਼ ਸਿੰਘ ਜੀ ਸ਼ਹੀਦ ਦੀ ਆਪਾਂ ਸੁਣਨੀ ਹੈ ਅਗਲੇ ਪ੍ਰਕਰਣਾਂ ਵਿੱਚ। ਭੁੱਲਾਂ ਚੁੱਕਾਂ ਦੀ ਖਿਮਾ ਹੇ।